ਸਬੂਤੌਰ ਇੱਕ ਗੀਤ ਹੈ ਜੀ ਜਿਹੜਾ ਅੱਜ ਕੱਲ੍ਹ ਬੱਚੇ ਬੱਚੇ ਦੀ ਜ਼ਬਾਨ 'ਤੇ ਹੈ, ਰਾਤੀ ਮਿਲਣਾ ਆਈਵੇ ਪਿੰਡ ਪਹਿਰਾ ਲੱਗਦਾ ਹੈ, ਦੇਖੀ ਐਵੇਂ ਨਾ ਵੱਡਿਆ ਜਾਈਵੇ। ਪਿੰਡ ਪਹਿਰਾ ਲੱਗਦਾ। ਹਾਂਜੀ, ਇਸ ਗਾਣੇ ਨੂੰ ਤੁਸੀਂ ਕਿਸ ਸੋਚ 'ਤੇ, ਕਿਸ ਘਟਨਾ ਤੋਂ ਪ੍ਰਭਾਵਿਤ ਹੋ ਕੇ ਲਿਖਿਆ, ਤੁਹਾਡੇ ਨਾਲ ਵਾਪਰੀ ਹੋਈ ਗੱਲ ਹੈ ਜਾਂ ਕਿ ਕਿਸੇ ਹੋਰ ਦੀ ਘਟਨਾ ਤੋਂ ਪ੍ਰਭਾਵਿਤ ਹੋ ਕੇ ਲਿਖਿਆ? ਨਹੀਂ ਬਿਲਕੁਲ ਵਾਪਰੀ ਹੈ, ਬਿਲਕੁਲ ਸੱਚਾਈ ਹੈ ਜੀ। ਬਾਕੀ ਗਾਣਾ ਕੋਈ ਜ਼ਰੂਰੀ ਨਹੀਂ ਵੀ ਕੁੜੀ ਲਈ ਲਿਖਿਆ ਜਾਂਦਾ, ਕਿਉਂਕਿ ਸੂਫੀ ਕਾਵਿ ਸਾਰਾ ਪਰਮਾਤਮਾ ਲਈ ਹੋ ਸਕਦਾ, ਆਪਣੀ ਰੂਹ ਦੀ ਖੁਰਾਕ ਲਈ ਹੋ। ਮੇਰਾ ਪਿੰਡ ਬਹੁਤ ਨੇੜੇ ਸੀ, ਜਦੋਂ ਵੀ ਮੇਰਾ ਕਿਤੇ ਦਿਲ ਕਰਦਾ ਮੈਂ ਪਿੰਡ ਚਲੇ ਜਾਂਦਾ। ਹੁਣ ਵੀ ਮੇਰੇ ਦੋਸਤ ਮਿੱਤਰ ਹੁੰਦੇ ਆ, ਰਾਤ ਨੂੰ ਖਾੜਕੂਆ ਦਾ ਟਾਈਮ ਸੀ ਬਹੁਤ ਜ਼ਿਆਦਾ, ਤਾਂ ਉਹਨਾਂ ਦਿਨ ਵੀ ਅਸੀਂ ਪਿੰਡ ਚਲੇ ਜਾਂਦੇ ਸੀ ਆਮ ਰੂਟੀਨ 'ਚ, ਵੀ ਰੋਟੀ ਖਾਣੀ ਤਾਂ ਘਰੇ ਖਾ ਕੇ ਆਉਂਦੇ ਜੀ, ਸਾਗ ਖਾ ਦੇਣਾ, ਸਰਦੀ ਦੇ ਦਿਨ ਸੀ ਅਤੇ ਸਾਡੇ ਪਿੰਡ ਪਹਿਰਾ ਲੱਗਦਾ ਹੁੰਦਾ ਸੀ, ਤਾਂ ਫਿਰ ਅਸੀਂ ਰਾਤ ਨੂੰ ਉੱਥੇ ਅੱਗ ਉਬਾਲ ਕੇ ਸਾਰੇ ਬੈਠ ਜਾਂਦੇ ਸੀ, ਫਿਰ ਪਿੰਡ ਦੇ ਨਾਲ 5-7 ਦੋਸਤ ਹੁੰਦੇ ਸੀ, ਬਸ ਉਹ ਸਿਚੁਏਸ਼ਨ ਦੇਖ ਕੇ ਗਾਣਾ ਦਿਮਾਗ 'ਚ ਆਇਆ ਅਤੇ ਉਹ ਗਾਣਾ। ਗੱਲ ਸੁਣਦਾ ਜਾਈ ਓਏ।